केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜਲੰਧਰ ਦੇ ਸਿਵਲ ਹਸਪਤਾਲ ਵਿੱਚ ਬੀਤੀ ਰਾਤ ਇੱਕ ਸ਼ਰਾਬੀ ਵਿਅਕਤੀ ਵੱਲੋਂ ਹਸਪਤਾਲ ਵਿੱਚ ਹੰਗਾਮਾ ਕੀਤਾ ਗਿਆ ਅਤੇ ਉੱਥੇ ਮੌਜੂਦ ਸਟਾਫ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਉਸਨੇ ਗਾਲੀ ਗਲੋਚ ਅਤੇ ਬਦਤਮੀਜ਼ੀ ਕੀਤੀ, ਜਿਸ 'ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਸਟਾਫ ਨੇ ਦੱਸਿਆ ਕਿ ਹੰਗਾਮਾ ਕਰਨ ਵਾਲੇ ਵਿਅਕਤੀ ਦਾ ਨਾਮ ਅਜੀਤਪਾਲ ਹੈ, ਜੋ ਕਿ ਜ਼ਖਮੀ ਹਾਲਤ ਵਿੱਚ ਹਸਪਤਾਲ ਆਇਆ ਸੀ ਅਤੇ ਉਸਨੇ ਡਰਿੰਕ ਵੀ ਕੀਤੀ ਹੋਈ ਸੀ। ਅਸੀਂ ਉਸਦੇ ਟਾਂਕੇ ਲਗਾ ਕੇ ਪੱਟੀ ਕਰ ਦਿੱਤੀ, ਪਰ ਉਸਨੇ ਹਸਪਤਾਲ ਦੇ ਸਟਾਫ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ। ਇਸ 'ਤੇ ਹਸਪਤਾਲ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਬੁਲਾਏ ਗਏ ਤਾਂ ਉਸਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀ ਬਦਤਮੀਜ਼ੀ ਕੀਤੀ ਅਤੇ ਉਹਨਾਂ ਦੀ ਵਰਦੀ ਨੂੰ ਵੀ ਹੱਥ ਪਾਇਆ, ਜਿਸ 'ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਥਾਣੇ ਲੈ ਗਈ। ਜਲੰਧਰ ਤੋਂ ਜਵੇਸ਼ ਗਿੱਲ ਅਤੇ ਸੋਮਾ ਹੰਸ ਦੀ ਰਿਪੋਰਟ। ਅੱਛਾ ਜੀ, ਆਪਣਾ ਕੀ ਹੋਇਆ ਸਾਨੂੰ? ਹੁਣ ਮੈਂ ਭਾਰਗੋ ਮਾਇਨਪੁਰ ਥਾਣੇ ਵਿੱਚ ਕੈਂਪ ਚੱਲਦਾ, ਮੈਂ ਨੌਕਰੀ ਕਰਕੇ ਸਾਰੇ ਦਿਨ ਦੀ ਦਿਹਾੜੀ ਕਰਕੇ ਉੱਥੋਂ ਨਿਕਲਿਆ। ਉੱਥੇ ਮੈਂ ਦੋ ਪੈਗ ਲਾਏ, ਉੱਥੇ ਭਾਰਗੋ ਕੈਂਪ 'ਤੇ ਮੈਨੂੰ ਕੋਈ ਇੱਦਾਂ ਦੇ ਬੰਦੇ ਟੱਕਰੇ, ਜਿਨ੍ਹਾਂ ਨੇ ਮੇਰੇ ਸਿਰ 'ਤੇ ਪੁੱਤਲੀ ਮਾਰ ਕੇ। ਅੱਛਾ ਜੀ, ਹੁਣ ਤਾਂ ਸਾਰਾ ਕੀ ਹੋਇਆ ਵਾ, ਹੁਣ ਤੁਸੀਂ ਕੀ ਕਹਿੰਦੇ ਹੋ? ਮੇਰਾ ਸਿਰ ਪੱਟ ਹੈ ਭਾਅ ਜੀ, ਬਾਕੀ ਤੁਸੀਂ ਦੇਖ ਲਓ ਭਾਈ। ਹੋਸਪਿਟਲ 'ਚ ਮੁਲਾਜ਼ਮ ਮਿਲੇ, ਮੈਂ ਕਿਹਾ ਭਾਅ ਜੀ ਮੈਨੂੰ ਦੇਖੋ, ਮੈਨੂੰ ਭਾਜੀ ਮੈਂ ਇਹ ਕਿਹਾ ਵੀ ਮੈਂ ਇੱਕ ਰਿਸਪੈਕਟੇਬਲ ਸਿਟੀਜਨ ਹੈਗਾ, ਮੇਰੀ ਦੇਖ ਰੇਖ ਕੀਤੀ ਜਾਵੇ, ਮੇਰੀ ਉੱਥੇ ਦੇਖ ਰੇਖ ਕੀਤੀ ਗਈ, ਉਸ ਕਰਕੇ ਮੇਰਾ ਉਹ ਹੋ ਗਿਆ। ਇਸ ਕਰਕੇ ਮੈਂ ਕੋਈ ਗੱਲਬਾਤ ਕੀਤੀ ਹੋਵੇ ਉਹਦੇ ਲਈ ਮੈਂ ਮਾਫ਼ੀ ਮੰਗਦਾ, ਬਟ ਮੇਰੀ ਕੇਅਰ ਕੀਤੀ ਜਾਵੇ, ਮੇਰਾ ਸਿਰ ਪੱਟਿਆ। ਤੁਸੀਂ ਚਪੇੜਾ ਮਾਰੋਗੇ ਤਾਂ ਮੈਂ ਪੱਟੀ ਮਾਰੀਆਂ। ਅੱਛਾ, ਹੋਰ ਕਿੰਨੇ ਮਾਰੀਆਂ?
ਯੂ ਅੱਛਾ ਹੋਰ ਕਿਹਨੇ ਮਾਰੀਆ ਤੁਸੀਂ ਕਹਿੰਦੇ ਪੁਲਿਸ ਵਾਲੇ ਨੇ ਮਾਰੀ ਥੜੇ ਦੇ ਯੂ ਐਂਡ ਪੁਲਿਸ ਨੇ ਪੁਲਿਸ ਨੇ ਮਾਰੀਆ ਹੋਰ ਕਿਹਨੇ ਮਾਰੀਆ ਮੈਂ ਦੇਖਿਆ ਨਹੀਂ ਦੱਸਿਆ ਨਹੀਂ ਹੋਰ ਕਿਹਨੇ ਕਿਹਨੇ ਮਾਰੀਆ ਮੈਂ ਦੇਖਿਆ ਨਹੀਂ ਭਾਜੀ ਅੱਛਾ ਦੇਖਿਆ ਨਹੀਂ ਕਿਹਨੇ ਕਿਹਨੇ ਮਾਰੀਆ ਬਿਕੋਜ਼ ਆਈ ਐਮ ਡਰੰਕ ਮੈਂ ਦੇਖਿਆ ਨਹੀਂ ਮੈਂ ਤੁਸੀਂ ਮੰਨ ਲਿਆ ਡਰਾਈਵ ਕਰਕੇ ਡਰਾਈਵ ਕਰ ਰਹੇ ਤੁਸੀਂ ਡਰਾਈਵ ਕਰਕੇ ਡਰਾਈਵ ਕਰ ਰਹੇ ਸੀ ਮਤਲਬ ਬਟ ਇਹਨਾਂ ਨੇ ਮਾਰੀਆ ਇਹ ਪ੍ਰੈਸ ਨੇ ਮਾਰੀ ਮਨੀਸ਼ ਕੁਮਾਰ ਮੈਂ ਇੱਥੇ ਐਮਰਜੈਂਸੀ ਵਿਭਾਗ ਦੇ ਵਿੱਚ ਮੈਂ ਫਾਈਲ ਪਰਚੀਆਂ ਵਗੈਰਾ ਦਾ ਕੰਮ ਕਰਦਾ ਅਤੇ ਐਕਚੁਅਲੀ ਇਹਦੇ ਵਿੱਚ ਬੰਦਾ ਆਇਆ ਸੀਗਾ ਹੋਸਪਿਟਲ ਦੇ ਵਿੱਚ ਇਲਾਜ ਕਰਵਾਉਣ ਦੇ ਸੰਬੰਧੀ ਵਿੱਚ ਅਤੇ ਇਹਨੇ ਕਾਫੀ ਸਾਰੀ ਡਰਿੰਕ ਕੀਤੀ ਹੋਈ ਸੀਗੀ ਔਰ ਇਹ ਆਣ ਕੇ ਸਾਡੇ ਨਾਲ ਵੀ ਗਾਲੀ ਗਲੋਚ ਕਰ ਰਿਹਾ ਸੀਗਾ ਔਰ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਡਿਪਾਰਟਮੈਂਟ ਦੇ ਮੁਲਾਜ਼ਮਾਂ ਨਾਲ ਵੀ ਗਾਲੀ ਗਲੋਚ ਕੀਤੀ ਹੱਥੋਂ ਬਾਈ ਵੀ ਹੋਇਆ ਔਰ ਜਿਹਦੇ ਕਰਕੇ ਫਿਰ ਉਹਨਾਂ ਨੂੰ ਕਾਰਵਾਈ ਕਰਨੀ ਪਈ ਇਹਦਾ ਕੀ ਨਾਮ ਹੈ ਕਿੱਥੋਂ ਆਇਆ ਪਤਾ ਕੁਛ ਜਿਹਦਾ ਨਾਮ ਸਰ ਹੈਗਾ ਆ ਇਹਦਾ ਨਾਮ ਸਰ ਅਜੀਤ ਪਾਲ ਹੈ ਜੈ ਪ੍ਰਕਾਸ਼ ਇਹਦੇ ਫਾਦਰ ਦਾ ਨਾਮ ਹੈਗਾ 40 ਸਾਲ ਦਾ ਹੈਗਾ ਹੈ ਅਤੇ ਇਹ ਦਾਰੂ ਪੀ ਕੇ ਪਹਿਲਾਂ ਡਿੱਗਾ ਪਿਆ ਸੀਗਾ ਫਿਰ ਇਹਨੂੰ ਨਾਲ ਹੀ ਜਾਗਰਣ ਚੱਲ ਰਿਹਾ ਹੈਗਾ ਜੋਤੀ ਚੌਂਕ ਦੇ ਵਿੱਚ ਅੱਜ ਉਹ ਮੰਦਰ ਵਾਲੇ ਲੈ ਕੇ ਆਏ ਸੀਗੇ ਇਹਨੂੰ ਇੱਥੇ ਇਲਾਜ ਕਰਵਾਉਣ ਵਾਸਤੇ ਅਤੇ ਉਹ ਫਿਰ ਹੁਣ ਇਹਨਾਂ ਦਾ ਟ੍ਰੀਟਮੈਂਟ ਕੀਤਾ ਪੱਟੀਆਂ ਪੁੱਟੀਆਂ ਕੀਤੇ ਟਾਂਕੇ ਲਾਏ ਔਰ ਉਸ ਤੋਂ ਬਾਅਦ ਵੀ ਫਿਰ ਸਾਡੇ ਨਾਲ ਹੀ ਲੜਨ ਡਿਆ ਸੀਗਾ ਉਹਨਾਂ ਨੇ ਬਦਤਮੀਜ਼ੀ ਕੀਤੀ ਮਤਲਬ ਕਾਫੀ ਬਦਤਮੀਜ਼ੀ ਕੀਤੀ ਪੁਲਿਸ ਨੂੰ ਸੌਂਪ ਤਾ ਇਹਨੂੰ ਹਾਂਜੀ ਸਰ ਪੁਲਿਸ ਨੂੰ ਤਾਂ ਇਨਫੋਰਮ ਕਰ ਦਿੱਤਾ ਸੀਗਾ ਉਹ ਲੈ ਕੇ ਸੀਗਾ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे